ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਪਿਛਲੇ ਪਾਸੇ ਜੀ ਸੁਹਾਗਾ ਕਰਿਆ ਮੈਂ ਮੁੰਡਾ ਇਹਦਾ ਸੁਹਾਗੇ ਦਾ ਕਰ ਰਿਹਾ ਜੀ ਕੰਮ ਇਹਦੇ ਵਿੱਚ ਲਾਉਣੀ ਆਪਾਂ ਨੇ ਪਲੇਟ ਮਤਲਬ ਮੂਹਰੇ ਤੋਂ ਨਾ ਐਂਗਲ ਪੱਟਤਾ ਉਹ ਪਲੇਟ ਪਿਛਲੇ ਪਾਸੇ ਇਹਦੇ ਥੱਲੇ ਲਾ ਦੇਣੀ ਹੈ ਫਿਰ ਜਦ ਆਪਾਂ ਨੇ ਕਣਕ ਦੇ ਵਿੱਚ ਫੇਰੇ ਕਰਨਾ ਨਾ ਤਾਂ ਇਹ ਮਤਲਬ ਪੂਰਾ ਹੈਵੀ ਵੇਟ ਹੋ ਜੂਗਾ ਅਤੇ ਪਲੇਟ ਜਿਹੜੀ ਇਹ ਅਸੀਂ ਰੱਖੀ ਵੀ ਤੀ ਟਰਾਲੀ ਵਾਸਤੇ ਕਿਉਂਕਿ ਅੱਗੇ ਜਿਹੜੀ ਆਪਾਂ ਨੇ ਝੋਨਾ ਲਾਉਣੀ ਵਾਲੀ ਮਸ਼ੀਨ ਲੈ ਕੇ ਆਉਣੀ ਹੈ ਤਾਂ ਉਹਦੀ ਆਪਾਂ ਨੇ ਬਣਾਉਣੀ ਸੀ ਟਰਾਲੀ ਆਹ ਪਲੇਟ ਦੀ ਅਤੇ ਹੁਣ ਪਲੈਨ ਚੇਂਜ ਹੋਇਆ ਕਹਿੰਦੇ ਵੀ ਜਿਹੜੀ ਆਪਾਂ ਨੇ ਟਰਾਲੀ ਬਣਾਉਣੀ ਹੈ ਉਹ ਆਪਾਂ ਨੇ ਜਿਵੇਂ ਮਹਿੰਦਰਾ ਪਿਕਅਪ ਦੀਆਂ ਬਾਡੀਆਂ ਨਹੀਂ ਕਈ ਲਾ ਦਿੰਦੇ ਹੁੰਦੇ ਵੀ ਉਹ ਵਾਲੀ ਬਾਡੀ ਉਹ ਲੈ ਲਾਂਗੇ ਆਪਾਂ ਅਤੇ ਇਹ ਇਹਨਾਂ ਦਾ ਆਪਾਂ ਬਣਾਈਏ ਸੁਹਾਗੇ ਦੇ ਵਿੱਚ ਲੋਟ ਕਰੀਏ ਇਹਨੂੰ ਚਾਦਰ ਨੂੰ ਅਤੇ ਇਹ ਚਾਦਰ ਆਪਾਂ ਨੇ ਸੁਹਾਗੇ 'ਚ ਮੜਤੀ ਇਹ ਉਹ ਵਾਲੀ ਹੈ ਮਤਲਬ ਜਿਹੜੀ ਇਹਦੇ ਉੱਪਰ ਨਾ ਪੰਜ ਜੇ ਲੱਗੇ ਵੀ ਹੁੰਦੇ ਆ ਇਹ ਨਾ ਅਸੀਂ ਟਰਾਲੀ ਦੇ ਵਿੱਚ ਲਾਈ ਤੀ 12.5 ਟਰਾਲੀ ਦੇ ਵਿੱਚ ਥੱਲੇ ਲਾਇਆ ਤਾ ਸੀ ਸੋ ਬਾਕੀ ਕਰ ਰਹੇ ਹਾਂ ਫਿਟਿੰਗ ਅਤੇ ਬਾਕੀ ਨਾ ਟਰਾਲੀਆਂ ਉੱਧਰ ਆਪਣੀਆਂ ਇੱਟਾਂ ਦੀਆਂ ਟਰਾਲੀਆਂ ਭਰੀਆਂ ਹੋਈਆਂ ਨੇ ਮਤਲਬ ਉਹ ਆਪਾਂ ਨੇ ਜਿਵੇਂ ਗੁਰੂ ਘਰ ਦਾ ਇੱਧਰ ਨਾ ਜਗ੍ਹਾ ਲਈ ਸੀ ਅਤੇ ਉਹ ਜਗ੍ਹਾ ਦੇ ਵਿੱਚ ਖਾਲੀ ਕਰਨੀ ਹੈ ਜਗ੍ਹਾ ਥੋੜ੍ਹੀ ਜਿਹੀ ਨਰਮ ਹੈ ਅਤੇ ਉਹ ਵਿੱਚ ਨੂੰ ਮੈਂ ਕਲਿੱਪ ਜਿਹਾ ਐਡ ਕਰ ਰਿਹਾ ਥੋੜ੍ਹੀ ਜਿਹੀ ਅਤੇ ਉਹ ਕਲਿੱਪ ਦੇਖ ਕੇ ਉਸ ਤੋਂ ਬਾਅਦ ਅੱਗੇ ਬਲੋਗ ਕਰਦੇ ਕੰਟੀਨਿਊ ਤਾਂ ਸਪਰੇ ਵੀ ਕਰਨੀ ਹੈ ਸ਼ਾਮ ਉੱਧਰ ਬਾਕੀ ਹਰਿਆਣੇ 'ਚ ਚੱਲ ਰਿਹਾ ਜੀ ਕੰਮ ਸੋ ਆਪਾਂ ਅੱਗੇ ਕਰਦੇ ਗੱਲਾਂ ਬਾਤਾਂ ਸੋ ਪਹਿਲਾਂ ਅੱਗੇ ਕਲਿੱਪ ਐਡ ਕਰਦੀ ਆਪਾਂ ਪਹਿਲਾਂ
ਸੋਨੀ ਬਾਈ ਚਾਦਰ ਕਿਹੜੀ ਹੁੰਦੀ ਹੈ? ਲੋਹੇ ਉਹ ਨਹੀਂ ਉਹਨੇ ਨੀ ਜਿਹੜੇ ਆ ਇਹਦੇ ਆ ਬਣੇ ਹੋਏ ਆ ਡੱਬੀ ਵਾਲੀ ਕਹਿ ਦਿੰਦੇ ਫਲਸੀ ਚਾਦਰ। ਹਾਂ ਫਲਸੀ ਚਾਦਰ ਭਾਈ ਮਿਸਤਰੀ ਇਹ ਦੜਬੇ ਤੇ ਲਿਆਂਦਾ ਵਾ ਅਸੀਂ ਨੇ ਦੜਬੇ ਵਾਲਾ ਮਿਸਤਰੀ ਇਹ ਹਾਰਡ ਆ ਨਾ ਬਹੁਤ ਸੋਨੀ ਬਹੁਤ ਔਖੀ ਵੱਢ ਹੋਈ ਆ ਹਨਾ ਇਹ ਇਹਨੂੰ ਦੂਏ ਲੋਟ ਕੱਟਰ ਪੰਨੀ ਦੀ ਲੋਟ ਆਉਂਦੀ ਉਹ ਜਿਵੇਂ ਮੈਂ ਕੀ ਕਹਿੰਦਾ ਉਹ ਜੇ ਚੁੰਨੀ ਮਜਰੇ ਬੜਾ ਲਿਆਉਂਦੇ ਇਹਨੂੰ ਉਹਦੇ ਪਰ ਕੈਂਚੀ ਨਾਲ ਅੱਛਾ ਉਹਦੇ ਪਰ ਨਹੀਂ ਠੀਕ ਹੋਣਾ ਤਾਂ ਕੰਮ ਹੈ। ਹਾਂ ਠੀਕ ਹੈ ਮੈਂ ਆਪਾਂ ਇੰਨੇ ਸਪਰੇਅ ਵਾਲਾ ਪੰਪ ਪਵਾ ਦੇ ਮੈਂ ਭਰ ਦਵਾਂ ਉਹਨੂੰ ਕਿੰਨਾ ਉਹ ਤਾਂ ਦੱਸ ਮੈਨੂੰ ਪਾਣੀ ਕਿੰਨਾ ਭਰਨਾ ਉਹਦੇ ਚ ਪੰਜ ਕਿੱਲਿਆਂ ਦੀ ਕਰਨੀ ਆ ਹਜ਼ਾਰ ਕੁ ਭਰ ਲਈਏ ਪੰਜ ਕਹਿੰਦੇ ਤੇ ਮੈਨੂੰ ਕੱਲ ਕਹਿੰਦੇ ਤਿੰਨ ਉਧਰ ਦੋ ਇੱਧਰ ਆ ਚਾਰ ਕਹੇ ਆ 900 ਲੀਟਰ ਪਾ ਲੈਂਦੇ ਆ ਲਓ ਜੀ ਮਿੱਤਰੋ ਨਵੇੜ ਕੇ ਕੰਮ ਕਰ ਸਾਰੇ ਸੁਹਾਗੇ ਦਾ ਕੰਮ ਕਰਤਾ ਫਾਈਨਲ ਕਰਾਂ ਤੇ ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ ਬਾਹਰ ਅੱਜ ਅਸੀਂ ਬੰਦੇ ਅੱਗੇ 3-4 ਤੇ ਹੁਣ ਕਰਨੀਆਂ ਸਪਰੇ ਮਾਰੋ ਮਾਰ ਕਹਿੰਦੇ ਮਾਰੋ ਮਾਰ ਮਸਾ ਹੀ ਲੋਟ ਕਰੇ ਅੱਜ ਨਹੀਂ ਮਾਰ ਚੱਲੇ ਤੇ ਮਿਸ ਫੇਰ ਲੈਮਡਾ ਉਹ ਗਾ ਵਿੱਚ ਬੜਿਆ ਕਿ ਇਹਦੇ ਚੱਜ ਨਾਲ ਆ ਬੜਿਆ ਉਹ ਬੜਿਆ ਬੜਿਆ ਉਹ ਬੜਿਆ ਕਰਦਾ ਮੈਂ ਵੀ ਨਿਕਲਣਾ ਕਿਤੇ ਮੈਨੂੰ ਪਿੱਛੇ ਦੇ ਕਰਨਾ ਸਟੇਟ ਦਲਵੀਰ ਸਿੰਘ ਨਹੀਂ ਨਾ ਹਾਜ਼ਰ ਹਾਂ ਅੱਜ ਲੇਟ ਮਲਕੀ ਮਨਜੀਤ ਸਿੰਘ ਸਾਡੇ ਨਾਲ ਲੇਟ ਨਹੀਂ ਲੇਟ ਉਹ ਕ੍ਰੋਸ ਕਰਦੇ ਗੋਗੀ ਜਾਂ ਕ੍ਰੋਸ ਕਰਦਾ ਇਹਦਾ ਅੱਜ ਸਾਡੇ ਨਾਲ ਲੇਟ ਮਨਜੀਤ ਸਿੰਘ ਸਾਡੇ ਨਾਲ ਨੇ ਮਜ਼ੂਰ ਨੇ ਉੱਪਰੇ ਟੰਗ ਪਿੱਛੇ ਨੂੰ ਕਰਦੇ ਥੋੜ੍ਹਾ ਜਿਹਾ ਹੋਰ ਇਹਨੂੰ ਸਿਰੇ ਬਸ ਕਿੰਨੀ ਤਾਰ ਲਾ ਪਾਣੀ ਵਾਲੀ ਲਓ ਜੀ ਮਤਲਬ ਗੋਗੀ ਝੋਨੇ ਵਾਲੇ ਦੱਸ ਕਿਹੜਾ ਝੋਨਾ ਆਪਣਾ ਫਿਰ ਇਹ ਕਿਵੇਂ ਕਿਆ ਕਹਿੰਦਾ ਵੱਟੇ ਖਾਂਦੀ ਜਾਂਦੀ ਹੈ ਰੇਟ ਕੀ ਕੁਛ ਹੈ ਰੇਟ ਇਹਦਾ 3200-2800 ਤੇਰੇ ਹਿਸਾਬ ਨਾਲ ਠੀਕ ਹੈ ਕਿ ਘੱਟ ਹੈ ਬਹੁਤ ਸੋਹਣਾ ਠੀਕ ਹੈ ਬਸ ਜਦ ਨੂੰ ਆਪਣੀ ਪੰਜਾਬ ਦੀ ਵਾਰੀ ਆਉਣੀ ਜਦ ਨੂੰ ਘੱਟ ਜਾਣਾ ਆਪਣੀ ਵਾਰੀ ਆਉਣੀ ਹੈ ਪੰਜਾਬ ਦੀ ਆਲੂ ਵਾਲੇ ਤਾਂ ਆਪਣੇ ਨਾਲੋਂ ਪਹਿਲਾਂ ਵੱਢ ਲੈਣੀ ਹੈ ਚੱਲ ਜਾਣੀ 10 ਦਿਨ ਦੇ ਵਿੱਚ ਵਿੱਚ ਤਾਂ ਆ ਜਾਣਾ ਦੇਖੋ ਬਾਈ ਕਿਆ ਸੋਹਣਾ ਬੂਰ ਆ ਦੇਖੋ ਕਿਆ ਸੋਹਣੀਆਂ ਬੱਲੀਆਂ ਇਹ ਕਿਆ ਸੋਹਣੀਆਂ ਇਹ ਮੇਰੇ ਕਰਕੇ ਆ ਪਹਿਲਾਂ ਐਮੀ ਸਟਾਰ ਪਾਈ ਹੁਣ ਨੈਟੀਵੋ ਪਾਈ ਨਹੀਂ ਬੰਦੇ ਇੱਕ ਸਪਰੇਅ ਨਾਲ ਵੀ ਸਾਰ ਦਿੰਦੇ ਆ ਦੋ ਕਰਤੀਆਂ ਹਨਾ ਚੱਲ ਵਧੀਆ ਹੋ ਗਿਆ ਕੰਮ ਬਾਕੀ ਮੌਸਮ ਦੇਖੋ ਬਈ ਕਿੰਨਾ ਚਾਰਾ ਨੂਰ ਚਿਹਰੇ ਪਰ ਦੇਖ ਬਾਕੀ ਪਾਣੀ ਦੀ ਸਲਾਹ ਕਰਦੇ ਆ ਹੁਣ ਇਹਨੂੰ ਪਾਣੀ ਤੇ ਲਾਉਣਾ ਹੁਣ ਨਹੀਂ ਲਾਉਣਾ ਵੱਡਣੀ ਇਹ ਤਾਂ ਨਰਮਾ ਹਨਾ ਇਹ ਤਾਂ 10 ਦਿਨ ਤੱਕ ਕਹਿੰਦੇ ਆ ਇਹਨੂੰ ਪਿਲੀ ਹੋਣ ਲੱਗ ਜਾਣ ਜਦ ਆਈਓ ਆਈ ਤੀ ਕਿਉਂਕਿ ਜਦ ਆਪਾਂ ਨੇ ਪਹਿਲੀ ਵਾਰ ਬਈਆਂ ਤੇ ਵੜਾਈਤੀ ਹੈ ਨਾ ਇਹ ਜਾਂ ਬਈਆਂ ਦੀ ਬੱਸ ਹੁੰਦੀ ਜਦ ਤਾਂ ਡੱਬਾ ਜਿਹਾ ਲਿਆਂਦੇ ਤੇ 1,00,000 ਰੁਪਏ ਦਾ ਡੱਬਾ ਜਿਹਾ ਲਿਆਂਦੇ ਤੇ 1,00,000 ਰੁਪਏ ਦਾ ਜਦ ਤਾਂ ਐਂ ਵੱਟ ਕੱਟੇ ਦੇ ਨੇ 1,500 ਨੇ
ਚਲੋ ਖੈਰ ਹਲੇ ਵੀ ਜਣੀ ਜਮਿਆ ਬੈਠਾ ਹੋਊਗਾ ਕਿ ਪੂਰਾ ਬੀਜ ਇਹ ਇੱਕ ਸਾਲ ਦਾ ਮੋਟੀ ਜਰਾਲਾ ਰਲਾ ਵਿੱਚ ਤਾਂ 14 ਰੇਟ ਹੈ ਬਿਲਕੁਲ ਬਿਲਕੁਲ ਬਿਲਕੁਲ।